ਨੇ ਜਿੰਮੀ ਸ਼ਰਮਾ ਜਿਨ੍ਹਾਂ ਦਾ ਨੈਗੇਟਿਵ ਕਿਰਦਾਰ ਫਿਲਮ ਦੇ ਵਿੱਚ ਅਤੇ ਕੁੱਟਮਾਰ ਕਰਦੇ ਨੇ, ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ। ਮੌਜਾਂ ਹੀ ਮੌਜਾਂ 'ਚ ਵੀ ਮੇਰਾ ਕਿਰਦਾਰ ਬਹੁਤ, ਉਹ ਮੈਨੂੰ ਲੱਗਦਾ ਕਿ ਮੇਰੀ ਅੱਜ ਤੱਕ ਦੀ ਬੈਸਟ ਫਿਲਮ ਹੈ ਮੌਜਾਂ ਹੀ ਮੌਜਾਂ। ਬਹੁਤ ਉਸ ਫਿਲਮ ਤੋਂ ਵੀ ਮੈਨੂੰ ਬਹੁਤ ਪਿਆਰ ਮਿਲਿਆ ਮੇਰੇ ਕਿਰਦਾਰ ਨੂੰ, ਅਤੇ ਮੈਨੂੰ ਇੰਨੀ ਹੋਪਸ ਨੇ ਇਸ ਫਿਲਮ ਤੋਂ ਕਿ ਇਸ ਫਿਲਮ ਨੂੰ ਵੀ ਆਡੀਅੰਸ ਕਬੂਲ ਕਰਨਗੇ। ਦੋ ਹੀ ਆਦਤਾਂ ਮਾੜੀਆਂ ਨੇ ਮੇਰੀਆਂ, ਆਪਣੀ ਹਿੰਡ ਪਗਾਉਣ ਦੀ ਅਤੇ ਦੂਜੇ ਦੀ ਹਿੰਡ ਭੰਨਣ ਦੀ। ਵੀ ਜਿਵੇਂ ਮਾਡਲ ਨੇ ਬਾਅਦ 'ਚੋਂ ਸਿੰਗਰ ਬਣ ਜਾਂਦੇ, ਤੁਸੀਂ ਕਿਹਾ ਸੋਚਿਆ ਨਹੀਂ ਵੀ ਸਿੰਗਲ ਟਰੈਕ ਕੱਢਿਆ ਜਾਵੇ? ਬੜਿਆਂ ਨੇ ਮੇਰੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਤਾਂ ਕਰੀ, ਜਿਹੜੇ ਨੇੜੇ ਤੇੜੇ ਦੇ ਯਾਰ ਦੋਸਤ ਕਹੀ ਗਾਓ, ਪਰ ਪਤਾ ਕੀ ਨਹੀਂ, ਜਿਹੜੀ ਚੀਜ਼ ਬਣੀ ਨਹੀਂ, ਜਿਹਦੇ ਵਾਸਤੇ ਆਪਾਂ ਬਣੇ ਨਹੀਂ, ਆਪਾਂ ਐਕਟਿੰਗ ਕਰਨ ਵਾਸਤੇ ਬਣੇ ਹਾਂ। ਹੁਣ ਰੱਬ ਨੇ ਗਲਾ ਹੀ ਨਹੀਂ ਦਿੱਤਾ, ਉਹ ਹੀ ਅਸੀਂ ਸੰਗ ਪਾੜੀ ਜਾਈਏ, ਹੈ ਨਾ। ਜਿਹੜੀ ਚੀਜ਼ ਸ਼ੋਭਾ ਹੀ ਨਹੀਂ ਦਿੰਦੀ, ਮੈਂ ਨਹੀਂ ਗਾ ਸਕਦਾ। ਉਸ ਦੀ ਗੱਲ ਕਰੀਏ, ਉਹ ਤਾਂ ਛੱਡਦੇ ਹੀ ਨਹੀਂ ਕੋਈ ਫਿਲਮ ਜਿਹੜੀ ਵੀ ਉਹਨਾਂ ਦੀ। ਉਹ ਕਿਉਂ ਇੰਨੀ ਜ਼ਿਆਦਾ ਗਰੋ ਕਰ ਰਹੀ ਹੈ ਇੰਡਸਟਰੀ? ਕਿਉਂਕਿ ਉੱਥੇ ਜਿਹੜੀ ਮਰਜ਼ੀ ਫਿਲਮ ਲੱਗੀ ਹੋਵੇ ਭਰ ਦਿੰਦੇ ਨੇ ਸਿਨਮੇ। ਫਿਲਮ ਚੰਗੀ ਹੈ ਮਾੜੀ ਹੈ ਉਹ ਤਾਂ ਬਾਅਦ 'ਚੋਂ ਪਤਾ ਲੱਗੂਗਾ ਜਦੋਂ ਤੁਸੀਂ ਵੇਖਣ ਜਾਓਗੇ। ਜੇ ਤੁਸੀਂ ਵੇਟ ਕਰ ਰਹੇ ਹੋ ਬਈ ਨਹੀਂ ਇਹਦੇ 'ਚ ਕੋਈ ਵੱਡਾ ਸਟਾਰ ਨਹੀਂ ਹੈਗਾ, ਨਾ ਨਾ ਇਹ ਨਹੀਂ ਵੇਖਣੀ, ਉੱਥੇ ਫਿਰ ਉਹ ਚੀਜ਼ਾਂ ਸਟਾਰ ਤਾਂ ਤੁਸੀਂ ਬਣਾਉਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਿੰਦਰ ਸਿੰਘ ਅਤੇ ਤੁਸੀਂ ਪਿੰਡੂ ਟੀ ਵੀ ਦੇਖ ਰਹੇ ਹੋ। ਫਿਲਮ ਆਉਣੀ ਆ 31 ਮਈ ਨੂੰ ਅੱਲੜ ਵਰੇਸ, ਅਤੇ ਸਾਡੇ ਨਾਲ ਮੌਜੂਦ ਨੇ ਜਿੰਮੀ ਸ਼ਰਮਾ ਜਿਨ੍ਹਾਂ ਦਾ ਨੈਗੇਟਿਵ ਕਿਰਦਾਰ ਫਿਲਮ ਦੇ ਵਿੱਚ ਅਤੇ ਕੁੱਟਮਾਰ ਕਰਦੇ ਨੇ, ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ। ਨੈਗੇਟਿਵ ਸਹੀ ਵਰਡ ਨਹੀਂ ਹੈ, ਗ੍ਰੇ ਕਹਿ ਸਕਦੇ ਹੋ, ਗ੍ਰੇ। ਬਹੁਤ ਸਾਰੀਆਂ ਸ਼ੇਡਸ ਨੇ, ਅਤੇ ਮੈਂ ਬਹੁਤ ਚਿਰ ਤੋਂ ਚਾਹੁੰਦਾ ਸੀ ਇਹੋ ਜਿਹਾ ਕਿਰਦਾਰ ਮੈਨੂੰ ਮਿਲੇ ਜਿਹਦੇ 'ਚ ਮੈਂ ਆਪਣੀ ਰੇਂਜ ਵਿਖਾ ਸਕਾਂ ਐਜ਼ ਐਨ ਐਕਟਰ, ਅਤੇ ਉਹ ਇਹ ਫਿਲਮ ਦੇ ਵਿੱਚ ਮੈਨੂੰ ਮਿਲਿਆ। ਅਤੇ ਬਹੁਤ ਸਾਰੀਆਂ ਮਤਲਬ ਇਮੋਸ਼ਨਸ ਬਹੁਤ ਸਾਰੇ ਜੁੜੇ ਹੋਏ ਨੇ ਮੇਰੇ ਇਸ ਫਿਲਮ ਨਾਲ। ਬਹੁਤ ਜ਼ੋਰ ਲਾਇਆ, ਜੋ ਸਿੱਖਿਆ ਮੈਂ ਕਹਿੰਦਾ 22 ਸਾਲਾਂ ਦੇ ਵਿੱਚ ਸਾਰਾ ਗੁੰਦ ਕੇ ਪਾ ਦਿੱਤਾ ਮੈਂ ਇਸ ਕਿਰਦਾਰ ਦੇ ਵਿੱਚ। ਆਪਣੇ ਕੰਫਰਟ ਲੈਵਲ ਤੋਂ ਹਟ ਕੇ ਪਲੇ ਕਰਿਆ ਮੈਂ, ਕਿਉਂਕਿ ਹੁਣ ਸਿਨੇਮਾ ਥੋੜ੍ਹਾ ਚੇਂਜ ਹੋ ਗਿਆ। ਹੁਣ ਪਹਿਲੋਂ ਇੱਦਾਂ ਸੋਚ ਹੁੰਦੀ ਸੀ, ਮੇਰੀ ਵੀ ਸੋਚ ਇਹੀ ਸੀ ਪਹਿਲਾਂ ਕਿ ਪੋਜ਼ਿਟਿਵ 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 ਕਰੋ, ਮਤਲਬ ਕਿਊਟ ਜਿਹਾ ਮੁੰਡਾ ਚੋਕਲੇਟੀ ਪੋਜ਼ਿਟਿਵ। ਪਰ ਅੱਜ ਕੱਲ੍ਹ ਉਹ ਚੀਜ਼ ਨਹੀਂ ਰਹੀ, ਹੁਣ OTT ਦੇ ਆਉਣ ਕਰਕੇ ਸਿਨੇਮਾ ਵੀ ਚੇਂਜ ਹੋ ਗਿਆ। ਬੜੀਆਂ ਚੀਜ਼ਾਂ ਮਤਲਬ ਹੁਣ ਐਜ਼ ਐਨ ਆਰਟਿਸਟ ਅਸੀਂ ਐਕਸਪਲੋਰ ਕਰਨਾ ਚਾਹੁੰਦੇ ਹਾਂ ਸਾਰੇ ਐਕਟਰਸ, ਮੈਨੂੰ ਇਹ ਲੱਗਦਾ ਹੈ ਮੇਰੇ ਨਾਲ ਦੇ ਵੀ ਐਕਟਰਸ ਮੈਂ ਜਦੋਂ ਅਸੀਂ ਬੈਠਦੇ ਹਾਂ ਗੱਲਾਂ ਬਾਤਾਂ ਹੁੰਦੀਆਂ, ਕਿ ਹੁਣ ਕਿਰਦਾਰ ਹੋਣਾ ਚਾਹੀਦਾ ਜਿਹੜਾ ਸਟਰੋਂਗ। ਤੁਹਾਡਾ ਫਿਲਮ ਦੇ ਵਿੱਚ ਕਿਰਦਾਰ ਸੀਗਾ ਮੌਜੇ ਮੌਜਾਂ ਵਿੱਚ, ਬਿਲਕੁਲ ਇਹ ਪੋਜ਼ਿਟਿਵ ਕਿਰਦਾਰ ਹੈ ਨਾ, ਸਾਊ ਮੁੰਡਾ ਸੀਗਾ ਇੱਕੋ ਦਮ, ਹੁਣ ਨੈਗੇਟਿਵ ਮਤਲਬ ਤੁਸੀਂ ਗ੍ਰੇ ਸ਼ੇਡ ਕਹਿੰਦੇ ਹੋ ਨਾ, ਵੀ ਨੈਗੇਟਿਵ ਨਹੀਂ ਹੈਗਾ, ਗ੍ਰੇ ਸ਼ੇਡ ਆ, ਕਾਹੀ ਸ਼ੇਡ ਦੇਖਣੇ ਮਿਲਣਗੇ? ਹਾਂਜੀ 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 ਬਿਲਕੁਲ, ਮੌਜੇ ਮੌਜਾਂ 'ਚ ਵੀ ਮੇਰਾ ਕਿਰਦਾਰ ਬਹੁਤ, ਉਹ ਮੈਨੂੰ ਲੱਗਦਾ ਕਿ ਮੇਰੀ ਅੱਜ ਤੱਕ ਦੀ ਬੈਸਟ ਫਿਲਮ ਹੈ ਮੌਜਾਂ ਹੀ ਮੌਜਾਂ। ਬਹੁਤ ਉਸ ਫਿਲਮ ਤੋਂ ਵੀ ਮੈਨੂੰ ਬਹੁਤ ਪਿਆਰ ਮਿਲਿਆ ਮੇਰੇ ਕਿਰਦਾਰ ਨੂੰ, ਅਤੇ ਮੈਨੂੰ ਇੰਨੀ ਹੋਪਸ ਨੇ ਇਸ ਫਿਲਮ ਤੋਂ ਕਿ ਇਸ ਫਿਲਮ ਨੂੰ ਵੀ ਆਡੀਅੰਸ ਕਬੂਲ ਕਰਨਗੇ ਅਤੇ ਮੇਰੇ ਕਿਰਦਾਰ ਨੂੰ ਬਹੁਤ ਪਿਆਰ ਕਰਨਗੇ। ਅਤੇ ਜਿਹੜੇ ਵੀ ਮੁੰਡੇ ਨੇ ਕਦੀ ਸ਼ਿੱਦਤ ਨਾਲ ਕਿਸੇ ਕੁੜੀ ਨੂੰ ਪਿਆਰ ਕੀਤਾ ਹੋਊਗਾ ਨਾ, ਉਹ ਮੇਰੇ ਨਾਲ ਮੇਰੇ ਕਿਰਦਾਰ ਨਾਲ ਜ਼ਰੂਰ ਜੁੜੂਗਾ, ਉਹਨੂੰ ਆਪਦਾ ਆਪ ਦਿਖੂਗਾ। ਇਸ ਲਈ ਮਾੜਾ ਤੁਸੀਂ ਡਾਇਲੋਗ ਤਰ੍ਹਾਂ ਸੁਣਾਓ ਜ਼ਰੂਰ, ਇਹ ਡਾਇਲੋਗ ਬਹੁਤ ਸੋਹਣਾ ਡਾਇਲੋਗ ਹੈ ਤੁਹਾਡਾ। ਅੱਛਾ, ਇਹਦੇ 'ਚ ਇੱਕ ਪੈਟ ਡਾਇਲੋਗ ਹੈ ਮੇਰਾ, ਦੋ ਹੀ ਆਦਤਾਂ ਮਾੜੀਆਂ ਨੇ ਮੇਰੀਆਂ, ਆਪਣੀ ਹਿੰਡ ਪਗਾਉਣ ਦੀ ਅਤੇ ਦੂਜੇ ਦੀ ਹਿੰਡ ਭੰਨਣ ਦੀ। ਅੱਛਾ, ਕੀ ਬਾਤ ਹੈ ਜੀ, ਕੀ ਬਾਤ ਹੈ। ਤੁਸੀਂ ਗਾਣੇ ਵੀ ਕਾਫੀ ਕੀਤੇ ਨੇ ਤੇ ਫਿਲਮਾਂ ਵੀ ਕਰ ਰਹੇ ਹੋ, ਕੀ ਡਿਫਰੈਂਸ ਦੇਖਦੇ ਹੋ ਦੋਨਾਂ ਦੇ ਵਿਚਕਾਰ, ਵੀ ਕਿੰਨਾ ਕਿੰਨਾ ਦਿੱਕਤਾਂ ਦਾ ਕੰਮ ਸਾਹਮਣਾ ਕਰਨਾ ਪੈਂਦਾ ਫਿਲਮ ਦੇ ਵਿੱਚ ਕਿਵੇਂ ਤੇ ਗਾਣੇ ਦੇ? ਫਿਲਮ ਪਤਾ ਕੀ, ਫਿਲਮ ਹੁੰਦੀ ਹੈ, ਗਾਣਾ 3 ਮਿੰਟ ਦਾ ਹੁੰਦਾ ਵਾ। ਹੁਣ ਫਿਲਮ ਦੇ ਵਿੱਚ ਤੁਸੀਂ ਜਿਹੜਾ ਕਿਰਦਾਰ ਪਲੇ ਕਰ ਰਹੇ ਹੋ, ਤੁਹਾਨੂੰ ਉਹ ਕਿਰਦਾਰ ਦੇ ਇਮੋਸ਼ਨ ਕੈਰੀ ਕਰਕੇ ਸਾਰੀ ਫਿਲਮ ਦੇ ਵਿੱਚ ਚੱਲਣਾ ਹੁੰਦਾ ਵਾ। ਅਤੇ ਫਿਲਮ ਅਤੇ ਗਾਣੇ ਦੇ ਵਿੱਚ ਬਹੁਤ ਫਰਕ ਹੈ, ਪਰ ਇਹ ਹੈ ਕਿ ਚਲੋ ਗਾਣਿਆਂ ਦਾ ਵੀ ਇੱਕ ਦੌਰ ਸੀਗਾ, ਗਾਣੇ ਕੀਤੇ ਬਹੁਤ ਸਾਰੇ ਕੀਤੇ, ਅਤੇ ਹੁਣ ਫਿਲਮਾਂ ਵੱਲ ਨੂੰ ਹੋਏ ਹਾਂ, ਪਰਮਾਤਮਾ ਮਿਹਰ ਕਰੇ। ਅਸੀਂ ਗਾਣੇ ਤੁਹਾਨੂੰ ਦੇਖਦੇ ਹੁੰਦੇ ਸੀ ਜਾਂ TV 'ਤੇ, TV ਦਾ ਜ਼ਮਾਨਾ ਸੀਗਾ, ਨੈੱਟ
ਯੂਟਿਊਬ ਦਾ ਜ਼ਮਾਨਾ ਘੱਟ ਹੁੰਦਾ ਸੀਗੇ, ਟੀ ਵੀ ਦੇ ਗਾਣੇ ਚੱਲਦੇ ਤੁਹਾਡੇ, ਹੈ ਨਾ, ਸਾਰੇ ਗਾਣੇ ਤੁਸੀਂ ਦਿਸਦੇ ਹੁੰਦੇ ਸੀਗੇ, ਤੇ ਉਹ ਵੀ ਬੜਾ ਸੋਹਣਾ ਦੌਰ ਸੀਗਾ। ਮੈਨੂੰ ਬਹੁਤ ਸੋਹਣਾ ਦੌਰ ਸੀਗਾ, ਬੜੀ ਛੋਟੀ ਏਜ ਦੇ ਵਿੱਚ ਸਕਸੈਸ ਮਿਲ ਗਈ, ਇੰਨਾ ਸਟਾਰਡਮ, ਫੇਮ ਮੈਂ ਦੇਖਿਆ। ਉਦੋਂ ਪਤਾ ਵੀ ਨਹੀਂ ਹੁੰਦਾ ਸੀ ਫੇਮ ਕੀ ਹੁੰਦਾ, ਇਹ ਸਟਾਰਡਮ ਦੀ ਕੀ ਵੈਲਿਊ ਹੈ, ਨਾ ਸਮਝ ਸੀਗੇ, ਪਰ ਪਰਮਾਤਮਾ ਦੀ ਮਿਹਰ ਸੀਗੀ। ਅਤੇ ਪਰ ਜ਼ਿੰਦਗੀ ਹੈ, ਜ਼ਿੰਦਗੀ 'ਚ ਉਤਾਰ ਚੜ੍ਹਾਅ ਹਰ ਕਿਸੇ ਦੀ ਲਾਈਫ 'ਚ ਆਉਂਦੇ ਨੇ, ਪਰ ਮੈਨੂੰ ਐਜ਼ ਐਨ ਐਕਟਰ, ਐਜ਼ ਅ ਪਰਸਨ, ਮੈਨੂੰ ਇਹ ਲੱਗਦਾ ਕਿ ਇਹ ਇਲਿਊਜ਼ਨ ਹੈ ਸਕਸੈਸ ਹੈ ਜਿਹੜਾ। ਤੁਸੀਂ ਐਜ਼ ਅ ਪਰਸਨ ਆਪਣੇ ਆਪ 'ਤੇ ਕਿੰਨਾ ਕੰਮ ਕਰਦੇ ਹੋ, ਸਪਿਰਿਚੁਅਲੀ ਆਪਣੇ ਉੱਪਰ ਕੰਮ ਜੇ ਤੁਸੀਂ ਕਰਦੇ ਹੋ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇੱਥੋਂ ਸਟਰੋਂਗ ਹੋ, ਇੱਥੋਂ ਰਿਲੈਕਸ ਹੋ, ਫਿਰ ਤੁਹਾਨੂੰ ਤੁਹਾਡੀ ਲਾਈਫ 'ਚ ਅਪਸ ਡਾਊਨ, ਜਿੰਨੇ ਵੀ ਸਕਸੈਸ, ਫੇਮ ਦਾ ਆਉਣਾ ਜਾਣਾ, ਕਿਉਂਕਿ ਕੁਛ ਵੀ ਸਥਿਰ ਨਹੀਂ ਹੈਗਾ, ਕੁਛ ਵੀ ਸਟੇਬਲ ਨਹੀਂ ਹੈਗਾ। ਜਿਹੜੇ ਮਰਜ਼ੀ ਆਰਟਿਸਟ ਦੀ ਤੁਸੀਂ ਗੱਲ ਕਰ ਲਓ, ਉਹ ਅੱਜ ਹੈ, ਕੱਲ੍ਹ ਨਹੀਂ ਹੈ, ਪਰਸੋਂ ਫਿਰ ਹੈ, ਮਤਲਬ ਇਹ ਕਿ ਤੁਸੀਂ ਇੱਥੋਂ ਸਟਰੋਂਗ ਰਹੋ, ਬਾਕੀ ਇਹ ਸਾਰਾ ਕੁਛ ਤਾਂ ਇਲਿਊਜ਼ਨ ਹੈ। ਤੁਹਾਡਾ ਮਤਲਬ ਜਿਹੜਾ ਰਾਵੀ ਕੌਰ ਹੈ ਫਿਲਮ ਦੇ ਵਿੱਚ, ਨਾ ਕੀ ਨਾਮ ਹੈ, ਜਾਨਵੀਰ ਕੌਰ, ਉਹਨਾਂ ਨਾਲ ਕਿਵੇਂ ਦੀ ਕੈਮਿਸਟਰੀ ਹੈ ਤੁਹਾਡੀ ਫਿਲਮ ਦੇ ਵਿੱਚ? ਬਹੁਤ ਵਧੀਆ, ਔਨ ਸਕਰੀਨ ਸਾਡੀ ਕੈਮਿਸਟਰੀ ਦਿਖੇਗੀ, ਕਿਉਂਕਿ ਉਹ ਚੰਗੀ ਆਰਟਿਸਟ ਹੈ। ਜਦੋਂ ਵਧੀਆ ਆਰਟਿਸਟ ਹੋਵੇ ਸਾਹਮਣੇ, ਤਾਂ ਫਿਰ ਕੰਮ ਵੀ ਵਧੀਆ ਹੁੰਦਾ ਵਾ, ਐਕਸ਼ਨ ਰਿਐਕਸ਼ਨ ਹੀ ਹੈ ਸਾਰਾ, ਅਤੇ ਸਾਡੀ ਕੈਮਿਸਟਰੀ ਅੱਛੀ ਲੱਗੇਗੀ ਔਡੀਅੰਸ ਨੂੰ। ਲਾਸਟ ਵਿੱਚ ਕੌਣ ਲੈ ਕੇ ਆਉਂਦਾ ਉਹਨੂੰ, ਵਿਆਹ ਕੇ ਕੌਣ ਲੈ ਕੇ ਆਉਂਦਾ? ਹੁਣ ਤੁਸੀਂ 31 ਤਰੀਕ ਨੂੰ ਦੇਖਿਓ, ਜਦੋਂ ਅਸੀਂ ਥੀਏਟਰ 'ਚੋਂ ਵੇਖ ਕੇ ਨਿਕਲਾਂਗੇ ਪ੍ਰੀਮੀਅਰ, ਤਾਂ ਫਿਰ ਗੱਲਾਂ ਕਰਾਂਗੇ। ਬਾਕੀ ਇੱਕ ਫਿਲਮ ਸੀਗਾ, ਇੱਕ ਕਿਰਦਾਰ ਸੀਗਾ ਨੈਗੇਟਿਵ, ਹੈ ਨਾ, ਉਹ ਹੋਏ ਪਿਆਰ ਹੋ ਗਿਆ ਸ਼ਹਿਰੀਮਾਨ ਦੇ ਵਿੱਚ, ਉਹ ਵੀ ਨੈਗੇਟਿਵ ਕਿਰਦਾਰ ਸੀਗਾ, ਉਸ ਤਰ੍ਹਾਂ ਦੀ ਕਿਰਦਾਰ ਹੈ ਨਹੀਂ ਸੀਗਾ, ਉਹ ਨੈਗੇਟਿਵ ਨਹੀਂ ਸੀਗਾ, ਉਹ ਸਿਰਫ ਆਪਣੀ ਭੈਣ ਲਈ ਪੋਜੈਸਿਵ ਸੀਗਾ। ਉਹਦੇ 'ਚ ਜਦੋਂ ਇੰਟਰਵਲ 'ਚ ਮੇਰੀ ਗਨ ਲੈ ਕੇ ਐਂਟਰੀ ਹੁੰਦੀ ਮੇਰੀ, ਉਹ ਕਿਰਦਾਰ ਵੀ ਬਹੁਤ ਸੋਹਣਾ ਸੀਗਾ, ਉਹ ਹੋਏ ਪਿਆਰ ਹੋ ਗਿਆ, ਤਾਂ ਮੈਨੂੰ ਬਹੁਤ ਉਸ ਕੈਰੈਕਟਰ ਦਾ ਵੀ ਬਹੁਤ ਐਪਰੀਸੀਏਸ਼ਨ ਮਿਲੀ। ਉਹ ਨੈਗੇਟਿਵ ਨਹੀਂ ਸੀ, ਬਟ ਉਹ ਪੋਜੈਸਿਵ ਦਿਖਾਇਆ ਆਪਣੀ ਸਿਸਟਰ ਨੂੰ ਲੈ ਕੇ, ਉਹਦੀ ਲਾਈਫ ਨੂੰ ਲੈ ਕੇ, ਕਿਉਂਕਿ ਉਹਦੀ ਮੈਰਿਜ ਸ਼ਹਿਰੀ ਬਾਈ ਨਾਲ ਤੈਅ ਹੁੰਦੀ ਹੈ। ਯੋਗਰਾਜ ਜੀ ਮੇਰੇ ਫਾਦਰ ਪਲੇ ਕਰ ਰਹੇ ਸੀ ਉਸ ਫਿਲਮ 'ਚ, ਸੋਹਣੀ ਫਿਲਮ ਸੀ। ਤੁਹਾਡੇ ਕੱਦ ਕਰਕੇ, ਤੁਹਾਡਾ ਕੱਦ ਉੱਚਾ ਨਾ, ਸ਼ਹਿਰੀਮਾਨ ਦਾ ਛੋਟਾ, ਉਸ ਕਰਕੇ ਤੁਹਾਡਾ ਪੂਰਾ ਰੋਹ ਪੈ ਰਿਹਾ ਸੀ ਫਿਲਮ ਦੇ ਵਿੱਚ। ਕੱਦ ਕੁਛ ਨਹੀਂ ਹੁੰਦਾ ਜੀ, ਸ਼ਖਸੀਅਤ ਵੱਡੀ ਹੋਣੀ ਚਾਹੀਦੀ, ਕੱਦਾਂ ਨਾਲ ਕੀ ਹੈ, ਸ਼ਹਿਰੀ ਵੀਰੇ ਦੀ ਸ਼ਖਸੀਅਤ ਬਹੁਤ ਵੱਡੀ ਹੈ। ਹੋਰ ਕੀ ਕਹਿਣਾ ਚਾਹੋਗੇ ਫਿਲਮ ਦੇ ਵਿੱਚ, ਕਿੱਦਾਂ ਦਾ ਮੈਸੇਜ ਫਿਲਮ ਦੇ ਵਿੱਚ, ਕਿੱਦਾਂ ਦੀ ਕਹਾਣੀ ਹੈ? ਹਾਂਜੀ, ਮੈਂ ਇਹ ਕਹਿਣਾ ਚਾਹੂੰਗਾ, ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਘੱਟਦੀਆਂ ਜਾ ਰਹੀਆਂ, ਹੈ ਨਾ, ਇਸ ਫਿਲਮ ਦੇ ਵਿੱਚ ਰਿਸ਼ਤਿਆਂ ਦੀ ਵੈਲਿਊਜ਼ ਕੀ ਹੁੰਦੀਆਂ, ਮਾਂ ਪਿਓ ਦਾ ਹੋਣਾ ਕੀ ਹੁੰਦਾ ਹੈ ਇੱਕ ਲਾਈਫ ਦੇ ਵਿੱਚ, ਉਹ ਬਹੁਤ ਸਾਰੇ ਮੈਸੇਜਿਸ ਨੇ। ਤੁਸੀਂ ਫੈਮਿਲੀ ਨਾਲ ਜੇ ਵੇਖਣ ਆਓਗੇ, ਹਰ ਏਜ ਗਰੁੱਪ ਦਾ ਬੰਦਾ ਇਸ ਫਿਲਮ ਨਾਲ ਜੁੜ ਸਕਦਾ ਹੈ, ਇਸ ਫਿਲਮ ਨਾਲ ਜੁੜੇਗਾ, ਮਤਲਬ ਵਧੀਆ ਲੱਗੂਗੀ ਫਿਲਮ। ਬਾਕੀ ਇਹ ਕਿ ਦਰਸ਼ਕ ਮਿਲਣੇ ਚਾਹੀਦੇ ਨੇ, ਦਰਸ਼ਕ ਆਡੀਅੰਸ ਤੱਕ ਸਾਡੀ ਫਿਲਮ, ਅਸੀਂ ਹੁਣ ਪ੍ਰਮੋਸ਼ਨ ਸ਼ੁਰੂ ਕੀਤੀ ਹੈ, ਆਪਾਂ ਦੱਸਾਂਗੇ ਸਾਰਿਆਂ ਨੂੰ ਸਾਡੀ ਫਿਲਮ ਆ ਰਹੀ ਹੈ, ਬਈ ਦੇਖਣ ਆਓ, ਪਰ ਜਿਹੜੀ ਵੀ ਆਡੀਅੰਸ ਦੇਖਣ ਆਊਗੀ ਉਹ ਨਿਰਾਸ਼ ਨਹੀਂ ਹੋਊਗੀ। ਮੈਨੂੰ ਲੱਗਦਾ ਤੁਹਾਡੀ ਨਾ ਅਰਮਾਨ ਬੇਦਿਲ ਨਾਲ ਪਹਿਲੀ ਫਿਲਮ ਲੱਗਦੀ ਹੈ, ਕਿਵੇਂ ਦਾ ਸੁਭਾਅ ਉਹਨਾਂ ਦਾ, ਕਿਵੇਂ ਨੇਚਰ ਹੈ, ਸੈੱਟ ਉੱਤੇ ਕਿਵੇਂ ਵਿਚਰਦੇ ਸੀਗੇ? ਅਰਮਾਨ ਵੀਰੇ ਨਾਲ ਮੇਰੇ ਜ਼ਿਆਦਾ ਸੀਨ ਤਾਂ ਨਹੀਂ ਹੈਗੇ, ਪਰ ਜਿੰਨੇ ਕੁ ਹੈਗੇ ਨੇ ਤੁਸੀਂ ਵੇਖੋਗੇ ਫਿਲਮ, ਬਹੁਤ ਵਧੀਆ ਨੇਚਰ ਹੈ, ਬਹੁਤ ਮਿਲਾਪੜਾ ਹੈ, ਅਤੇ ਸਗੋਂ ਮੇਰੇ ਖਿਆਲ ਉਹਨਾਂ ਦੀ ਪਹਿਲੀ ਦੂਜੀ ਫਿਲਮ ਹੀ ਹੈ, ਉਹਨਾਂ ਦੀ ਇੱਕ ਹੋਰ ਪਹਿਲੇ ਸ਼ੂਟ ਆ ਹੋਈ ਸੀ, ਪਰ ਰਿਲੀਜ਼ ਉਹਨਾਂ ਦੀ ਦੂਜੀ ਮੁੰਡਾ ਸਾਊਥ ਹਾਲ ਦਾ ਹੋ ਗਈ, ਅਤੇ ਪਰ ਸੋਹਣੀ ਫਿਲਮ ਸ਼ੂਟ ਹੋਈ ਹੈ, ਸਾਰਾ ਕੁਛ ਬਹੁਤ ਵਧੀਆ, ਅਤੇ ਹੋਪਫੁਲੀ 31 ਤਰੀਕ ਨੂੰ ਰਿਜ਼ਲਟ ਆ ਜਾਣਾ। ਹੋਰ ਤੁਹਾਡੇ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਨੇ? ਇੱਕ ਹੁਣੇ ਮੈਂ ਸ਼ੂਟ ਫਿਨਿਸ਼ ਕੀਤਾ ਰੀਸੈਂਟਲੀ, ਗਾਂਧੀ 3, ਜਿਹੜੀ ਦੇਵ ਭਾਜੀ ਨਾਲ, ਅਤੇ ਇੱਕ ਹੋਰ ਫਿਲਮ ਹੈ ਮਾਨਵ ਸ਼ਾਹ ਭਾਜੀ ਡਾਇਰੈਕਟਰ ਨੇ, ਉਹਨਾਂ ਨੇ ਹਾਲੇ ਟਾਈਟਲ ਨਹੀਂ ਰੱਖਿਆ, ਕਰਤਾਰ ਵੀਰਾ, ਹਰਦੀਪ ਗਰੇਵਾਲ ਵੀਰਾ, ਮੈਂ, ਬਾਕੀ ਫਿਲਮਾਂ ਹੁਣ ਆ ਰਹੀਆਂ 4-5 ਹੋਰ। ਕਦੇ ਨਹੀਂ ਸੋਚਿਆ ਵੀ ਜਿਵੇਂ ਮਾਡਲ ਨੇ ਬਾਅਦ ਚੋਂ ਸਿੰਗਰ ਬਣ ਜਾਂਦੇ, ਤੁਸੀਂ ਕਦੇ ਸੋਚਿਆ ਨਹੀਂ ਵੀ ਸਿੰਗਲ ਟਰੈਕ ਕੱਢਿਆ ਜਾਵੇ? ਬੜਿਆਂ ਨੇ ਮੇਰੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਤਾਂ ਕਰੀ, ਜਿਹੜੇ ਨੇੜੇ ਤੇੜੇ ਦੇ ਯਾਰ ਦੋਸਤ ਕਈ ਗਾਓ, ਪਰ ਪਤਾ ਕੀ ਨਹੀਂ, ਜਿਹੜੀ ਚੀਜ਼ ਬਣੀ ਨਹੀਂ, ਜਿਹਦੇ ਵਾਸਤੇ ਆਪਾਂ ਬਣੇ ਹੀ ਨਹੀਂ, ਆਪਾਂ ਐਕਟਿੰਗ ਕਰਨ ਵਾਸਤੇ ਬਣੇ ਹਾਂ, ਹੁਣ ਰੱਬ ਨੇ ਗਲਾ ਹੀ ਨਹੀਂ ਦਿੱਤਾ, ਉਹੀ ਅਸੀਂ ਸੰਗ ਪਾੜੀ ਜਾਈਏ, ਹੈ ਨਾ, ਜਿਹੜੀ ਚੀਜ਼ ਸ਼ੋਭਾ ਹੀ ਨਹੀਂ ਦਿੰਦੀ ਮੈਂ ਨਹੀਂ ਗਾ ਸਕਦਾ, ਅਤੇ ਆਪਾਂ ਕੀ ਲੋੜ ਆ ਪੰਗਾ ਲੈਣ ਦੀ, ਆਪਣੀ ਜਰਨੀ ਚੱਲਦੇ ਪਈਏ।
ਹੋਰ ਫਿਰ ਸੈੱਟ ਉੱਤੇ ਕੀ ਮੌਜ ਮਸਤੀ ਚੱਲਦੀ ਜਦੋਂ ਸ਼ੂਟਿੰਗ ਹੁੰਦੀ ਸੀ ਫਿਲਮ ਦੀ, ਫਿਲਮ ਦੌਰਾਨ ਕੀ ਕੀ ਮਸਤੀਆਂ ਕਰਦੇ ਹੁੰਦੇ ਸੀ ਤੁਸੀਂ, ਉਹ ਦੱਸੋ ਸਾਡੇ ਨਾਲ ਸਾਂਝੀਆਂ ਕਰੋ ਮਾੜੇ ਮੋਟੇ ਮਸਤੀਆਂ। ਤਾਂ ਪਤਾ ਕੀ, ਇੱਕ ਮਾਹੌਲ ਤਾਂ ਇੱਕ ਸੈੱਟ 'ਤੇ ਵਧੀਆ ਹੋਣਾ ਚਾਹੀਦਾ, ਸਾਡੇ ਸੈੱਟ 'ਤੇ ਵੀ ਬਹੁਤ ਵਧੀਆ ਮਾਹੌਲ ਹੁੰਦਾ ਸੀਗਾ ਕਿਉਂਕਿ ਸਾਡੇ ਡਾਇਰੈਕਟਰ ਬਹੁਤ ਜ਼ਿਆਦਾ ਅੱਛਾ ਨੇਚਰ ਹੈ ਉਹਨਾਂ ਦਾ, ਉਹਨਾਂ ਨੇ ਪੂਰੀ ਲਿਬਰਟੀ ਦਿੱਤੀ ਸਾਨੂੰ ਹਰ ਤਰ੍ਹਾਂ ਦੀ ਪ੍ਰੋਡਕਸ਼ਨ ਦੇ ਵਿੱਚ, ਬਹੁਤ ਸਾਰਾ ਕੁਛ ਵਧੀਆ ਸੀਗਾ। ਅਤੇ ਮੋਸਟਲੀ ਅਸੀਂ ਜਦੋਂ ਸੀਨ 'ਚ ਇਕੱਠੇ ਹੁੰਦੇ ਸੀ, ਕਵੀ ਵੀਰਾ ਵੀ ਹੈਗਾ, ਕਵੀ ਸਿੰਘ ਬਹੁਤ ਵਧੀਆ ਐਕਟਰ ਹੈ ਉਹ ਵੀ, ਅਤੇ ਉਹਦੇ ਨਾਲ ਵੀ ਮੇਰੀ ਕੈਮਿਸਟਰੀ ਬਹੁਤ ਵਧੀਆ ਰਹੀ, ਸਾਡੇ ਸੀਨ ਬੜੇ ਸੋਹਣੇ ਹੋਏ ਹੈ। ਅਤੇ ਸਾਰੇ ਕੁੱਲ ਮਿਲਾ ਕੇ ਜਿੰਨੇ ਵੀ ਐਕਟਰ ਸੀਗੇ, ਨਿਰਮਲ ਰਿਸ਼ੀ, ਪਦਮ ਸ਼੍ਰੀ ਨਿਰਮਲ ਰਿਸ਼ੀ ਮੈਡਮ, ਅਤੇ ਬਹੁਤ ਹੋਰ ਵਧੀਆ ਕਿਰਦਾਰ ਪਲੇ ਕੀਤੇ ਨੇ ਸਾਰੇ ਐਕਟਰਸ ਨੇ, ਅਤੇ ਸਾਰੇ ਬਹੁਤ ਪੋਜ਼ੀਟਿਵ, ਚੰਗੀਆਂ ਰੂਹਾਂ ਸਾਰੀਆਂ, ਅਤੇ ਕੋਈ ਨੈਗੇਟਿਵ ਤਾਂ ਕੁਛ ਸੀਗਾ ਹੀ ਨਹੀਂ ਸੈੱਟ 'ਤੇ, ਮਾਹੌਲ ਤਾਂ ਆਪੇ ਵਧੀਆ ਹੋਊਗਾ। ਸਿੱਖਣ ਨੂੰ ਕੀ ਕੁਝ ਮਿਲਦਾ ਹੈ ਫਿਲਮ ਦੇ ਵਿੱਚ, ਵੱਡੇ ਵੱਡੇ ਤੁਹਾਡੇ ਨਾਲ ਦਿੱਗਜ ਕੰਮ ਕਰ ਰਹੇ ਨੇ ਨਾ, ਕੀਤਾ ਇਹ ਕੰਮ ਨਾ, ਹਰ ਫਿਲਮ ਨੂੰ ਆਪਣੀ ਲੈਸਨ ਵਜੋਂ ਹੀ ਮੰਨਦਾ ਵਾਂ, ਹਰ ਫਿਲਮ 'ਚੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਵੈ। ਅਤੇ ਹਾਂ, ਤੁਸੀਂ ਸਹੀ ਕਹਿ ਰਹੇ ਹੋ, ਜਦੋਂ ਸੀਨੀਅਰ ਆਰਟਿਸਟ ਨਾਲ ਤੁਸੀਂ ਕੰਮ ਕਰਦੇ ਹੋ ਤਾਂ ਬਹੁਤ ਕੁਛ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ, ਜਿਹੜਾ ਠਹਿਰਾਵ ਸਾਰੀ ਜ਼ਿੰਦਗੀ ਦਿੱਤੀ ਹੈ ਉਹਨਾਂ ਨੇ ਐਜ਼ ਐਨ ਐਕਟਰ। ਅਤੇ ਮੇਨ ਸਾਰਾ ਕੁਛ ਉਹੀ ਹੈ ਨਾ ਕਿ ਆਪਾਂ ਐਜ਼ ਐਨ ਐਕਟਰ ਓਬਜ਼ਰਵੇਸ਼ਨ ਸਾਡੀ ਚੱਲਦੀ ਰਹਿੰਦੀ ਹੈ, ਜਿੱਥੋਂ ਜਿੱਥੋਂ ਕੁਛ ਨਾ ਕੁਛ ਵਧੀਆ ਮਿਲਦਾ ਆਪਾਂ ਲੈਂਦੇ ਰਹੀਦਾ। ਅਤੇ ਹਾਂ, ਬਹੁਤ ਕੁਛ ਸਿੱਖਣ ਨੂੰ ਮਿਲਦਾ ਜਦੋਂ ਤੁਸੀਂ ਸੀਨੀਅਰ ਆਰਟਿਸਟ ਨਾਲ ਕੰਮ ਕਰਦੇ ਹੋ। ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਲਮ ਬਾਰੇ, ਲੋਕ ਫਿਲਮ ਦੇਖਣ ਕਿਉਂ ਜਾਣ 31 ਮਈ ਨੂੰ? ਦੇਖੋ ਜੀ, ਮੈਂ ਤਾਂ ਐਜ਼ ਐਨ ਐਕਟਰ ਬੀਇੰਗ ਅ ਪੰਜਾਬੀ, ਮੈਂ ਤਾਂ ਸਭ ਤੋਂ ਪਹਿਲਾਂ ਤਾਂ ਆਹ ਕਹੂੰਗਾ ਕਿ ਜਿੰਨੀਆਂ ਵੀ ਪੰਜਾਬੀ ਫਿਲਮਾਂ ਬਣਦੀਆਂ ਸਾਰੀਆਂ ਵੇਖਣ ਜਾਓ, ਕਿਉਂਕਿ ਸਾਡਾ ਸਿਨੇਮਾ ਉੱਚਾ ਹੋਊਗਾ। ਹੁਣ ਜੇ ਆਪਾਂ ਸਾਊਥ ਦੀ ਗੱਲ ਕਰੀਏ, ਉਹ ਤਾਂ ਛੱਡਦੇ ਹੀ ਨਹੀਂ ਕੋਈ ਫਿਲਮ, ਜਿਹੜੀ ਵੀ ਉਹਨਾਂ ਦੀ, ਉਹ ਕਿਉਂ ਇੰਨੀ ਜ਼ਿਆਦਾ ਗਰੋ ਕਰ ਰਹੀ ਹੈ ਇੰਡਸਟਰੀ, ਕਿਉਂਕਿ ਉੱਥੇ ਜਿਹੜੀ ਮਰਜ਼ੀ ਫਿਲਮ ਲੱਗੀ ਹੋਵੇ ਭਰ ਦਿੰਦੇ ਨੇ ਸਿਨੇਮੇ। ਫਿਲਮ ਚੰਗੀ ਹੈ ਮਾੜੀ ਹੈ ਉਹ ਤਾਂ ਬਾਅਦ 'ਚੋਂ ਪਤਾ ਲੱਗੂਗਾ ਜਦੋਂ ਤੁਸੀਂ ਵੇਖਣ ਜਾਓਗੇ। ਜੇ ਤੁਸੀਂ ਵੇਟ ਕਰ ਰਹੇ ਹੋ ਬਈ ਨਹੀਂ ਇਹਦੇ 'ਚ ਕੋਈ ਵੱਡਾ ਸਟਾਰ ਨਹੀਂ ਹੈਗਾ, ਨਾ ਇਹ ਨਹੀਂ ਵੇਖਣੀ, ਉੱਥੇ ਫਿਰ ਉਹ ਚੀਜ਼ਾਂ, ਸਟਾਰ ਤਾਂ ਤੁਸੀਂ ਬਣਾਉਣਾ। ਜੇ ਤੁਸੀਂ ਵੇਖਣ ਆਓਗੇ, ਫਿਲਮ ਵਧੀਆ ਹੋਊਗੀ, ਸਟਾਰ ਤਾਂ ਬਣ ਜਾਣਾ ਆਪ ਹੀ। ਚੰਗੀ ਫਿਲਮ, ਚੰਗਾ ਕੰਟੈਂਟ, ਉਹਨੂੰ ਦਰਸ਼ਕ ਮਿਲਣਾ ਬਹੁਤ ਜ਼ਰੂਰੀ ਹੈ। ਅਤੇ ਇਹ ਕੰਟੈਂਟ ਬਹੁਤ ਵਧੀਆ, ਵਧੀਆ ਫਿਲਮ ਹੈ, ਨਿਰਾਸ਼ ਨਹੀਂ ਹੋਵੋਗੇ। ਜਿਹੜੀ ਵੀ ਦੇਖਣ ਆਡੀਅੰਸ ਆਊਗੀ, ਨਿਰਾਸ਼ ਨਹੀਂ ਹੋਊਗੀ। ਅਤੇ ਤੁਸੀਂ 31 ਮਈ ਨੂੰ ਇਸ ਚੀਜ਼ ਨੂੰ ਤੁਸੀਂ ਖੁਦ ਹੀ ਦੇਖ ਕੇ ਦੱਸੋਗੇ, ਫਿਲਮ ਬਹੁਤ ਸੋਹਣੀ ਹੈ, ਅਤੇ ਜ਼ਰੂਰ ਆਇਓ ਦੇਖਣ। ਬਹੁਤ ਬਹੁਤ ਸ਼ੁਕਰੀਆ ਜਿੰਮੀ ਵੀਰੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਅਤੇ ਇਸ ਤਰ੍ਹਾਂ ਸਾਡੇ ਨਾਲ ਜਿੰਮੀ ਸ਼ਰਮਾ 'ਤੇ ਫਿਲਮ ਆਉਣੀ ਹੈ 31 ਮਈ ਨੂੰ, ਜ਼ਰੂਰ ਦੇਖਣ ਜਾਇਓ ਨਜ਼ਦੀਕੀ ਦੇ ਸਿਨੇਮਾ ਘਰਾਂ ਦੇ ਵਿੱਚ ਅੱਲੜ ਵਰੇਸ।